ਤੁਸੀਂ ਕਦੇ ਸੋਚਿਆ ਕਿ ਕਸ਼ਮੀਰ ਦੇ ਲੋਕ ਸਭ ਤੋਂ ਕਠੋਰ ਸਰਦੀਆਂ ਦੌਰਾਨ -0 ਤਾਪਮਾਨ ਦੇ ਅਸਧਾਰਨ ਮੌਸਮ ਵਿੱਚ ਕਿਵੇਂ ਗੁਜ਼ਾਰਾ ਕਰ ਰਹੇ ਨੇ ਜਦਕਿ ਉਹਨਾਂ ਨੂੰ ਬਚਾਉਣ ਵਾਲੀ ਬਿਜਲੀ ਵੀ ਨਾ ਹੋਵੇ। ਇਸ ਸਾਲ ਜਦ ਕਸ਼ਮੀਰ ਦੇ ਕੁਝ ਸਥਾਨਾਂ ਤੇ ਤਾਪਮਾਨ ਘੱਟ ਕੇ -15 ਤੱਕ ਪਹੁੰਚ ਗਿਆ, ਇਸ ਨੇ ਇੱਕ ਵਾਰ ਫਿਰ ਕਾਂਗੜੀ ਲਈ ਪਿਆਰ ਚੁਕਾ ਦਿੱਤਾ, ਜੋ ਕਿ ਕਸ਼ਮੀਰੀ ਕੜਾਕੇ ਦੀ ਠੰਡ 'ਚ ਆਪਣੇ ਆਪ ਨੂੰ ਗਰਮ ਰੱਖਣ ਲਈ ਰਵਾਇਤੀ ਤੌਰ ਤੇ ਵਰਤਦੇ ਸੀ। ਇਹ ਕਾਂਗੜੀ ਹੈ ਜੋ ਠੰਡੇ ਮੌਸਮ ਵਿੱਚ ਕਸ਼ਮੀਰੀ ਵਿਅਕਤੀ ਦਾ ਅਟੁੱਟ ਹਿੱਸਾ ਬਣ ਜਾਂਦੀ ਹੈ। ਕਾਂਗੜੀ ਇੱਕ ਮਿੱਟੀ ਦਾ ਘੜਾ ਹੈ ਜੋ ਬੈਂਤ ਨਾਲ ਬੁਣਿਆ ਹੁੰਦਾ ਹੈ। ਮਿੱਟੀ ਦੇ ਬਰਤਨ ਨੂੰ ਟਾਲੇ ਅਤੇ ਪਕਾਏ ਜਾਣ ਤੋਂ ਬਾਅਦ ਕਾਰੀਗਰ ਘੜੇ 2 ਬਾਹਾਂ ਨਾਲ ਫੜ ਕੇ ਬੈਂਤ ਨੂੰ ਬੁਣਨ ਦਾ ਕੰਮ ਖਤਮ ਕਰਦੇ ਨੇ ਅਤੇ ਪਿਛਲੇ ਪਾਸੇ ਸਖ਼ਤ ਬੈਂਤ ਦੀਆਂ ਸੋਟੀਆਂ ਨਾਲ ਬੰਨਦੇ ਨੇ। ਫਿਰ ਅੱਗ ਦੇ ਘੜੇ ਨੂੰ ਨਾਜ਼ੁਕ ਰੂਪ ਦੇਣ ਲਈ ਕਦੇ ਕਦੇ ਸੁਨਹਿਰੀ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਕਾਂਗੜੀ ਇੱਕ ਪੋਰਟੇਬਲ ਅੱਗ ਦਾ ਭਾਂਡਾ ਹੈ ਜਿਸ ਨੂੰ ਕਸ਼ਮੀਰੀ ਠੰਡ ਦੇ ਮੌਸਮ ਵਿੱਚ ਉਹਨਾਂ ਦੇ ਕੋਟ ਥੱਲੇ ਰੱਖ ਕੇ ਖੁਦ ਨੂੰ ਗਰਮ ਰੱਖਦੇ ਨੇ। ਕਾਂਗੜੀ ਨੂੰ ਸਿਰਫ 250 ਗ੍ਰਾਮ ਕੋਲੇ ਨਾਲ ਗਰਮਾਇਆ ਜਾਂਦਾ ਹੈ ਜੋ ਤੁਹਾਨੂੰ ਘੰਟਿਆਂ ਲਈ ਗਰਮ ਰੱਖ ਸਕਦਾ ਹੈ। ਸਰਦੀਆਂ ਦੇ ਸਮੇਂ ਕਾਂਗੜੀ ਇੱਕ ਵੱਡਾ ਸਹਾਰਾ ਹੈ। ਜਦ ਕਈ ਵਾਰੀ ਕਈ ਦਿਨ ਬਿਜਲੀ ਨਹੀਂ ਆਉਂਦੀ ਤਾਂ ਇਹ ਕਾਂਗੜੀ ਹੀ ਹੈ ਜੋ ਸਾਨੂੰ ਨਿੱਘਾ ਰੱਖਦੀ ਹੈ ਅਤੇ ਇਸ ਲਈ ਇਸ ਦੀ ਵਰਤੋਂ ਇਸ ਲਈ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਕਾਂਗੜੀ ਕਸ਼ਮੀਰੀ ਸੱਭਿਆਚਾਰ ਦਾ ਇੱਕ ਹਿੱਸਾ ਹੈ ਅਤੇ ਇਸ ਤੋਂ ਬਿਨਾਂ ਘਾਟੀ ਵਿੱਚ ਸਰਦੀਆਂ 'ਚ ਜਿਉਣਾ ਪਹਿਲਾਂ ਨਾਲੋਂ ਵੀ ਮੁਸ਼ਕਲ ਹੋ ਜਾਏਗਾ। ਕਾਂਗੜੀ ਨਿਰਮਾਤਾ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਵੱਖ ਵੱਖ ਰੰਗਾਂ ਅਤੇ ਡਿਜ਼ਾਈਨਾਂ ਨਾਲ ਵੱਖ ਵੱਖ ਬਰਤਨ ਤਿਆਰ ਕਰਦੇ ਨੇ। ਕਾਰੋਬਾਰ ਨਾ ਸਿਰਫ ਕਾਂਗੜੀ ਵੇਚਣ ਵਾਲਿਆਂ ਅਤੇ ਬਣਾਉਣ ਵਾਲਿਆਂ ਨੂੰ ਫਾਇਦਾ ਪਹੁੰਚਾਉਂਦਾ ਹੈ ਬਲਕਿ ਕੁਮਿਆਰ ਜੋ ਅੱਗ ਦੇ ਲਈ ਘੜੇ ਨੂੰ ਤਿਆਰ ਕਰਦੇ ਨੇ ਉਹ ਇਸ ਰਾਹੀਂ ਆਪਣੀ ਰੋਜ਼ੀ ਰੋਟੀ ਵੀ ਕਮਾਉਂਦੇ ਨੇ। ਇਹ ਕਾਂਗੜੀਆਂ ਲਈ ਚੰਗਾ ਮੌਸਮ ਸੀ। ਹਾਲਾਂਕਿ ਕਾਂਗੜੀ ਬਣਾਉਣ ਲਈ ਲੋੜੀਂਦੀ ਸਮੱਗਰੀ ਮਹਿੰਗੀ ਹੋ ਗਈ ਹੈ ਅਤੇ ਇਸ ਵਿੱਚ ਬਹੁਤ ਸਾਰੇ ਯਤਨ ਸ਼ਾਮਲ ਹਨ। ਗਾਹਕ ਅਜੇ ਵੀ ਕਾਂਗੜੀ ਲਈ ਵਧੇਰੇ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ। ਇੱਕ ਸਾਧਾਰਨ ਕਾਂਗੜੀ ਦੀ ਕੀਮਤ 200 ਰੁਪਏ ਤੋਂ 900 ਰੁਪਏ ਤੱਕ ਹੋ ਸਕਦੀ ਹੈ ਜੋ ਇਸ ਦੇ ਨਿਰਮਾਣ ਅਤੇ ਡਿਜ਼ਾਈਨ ਤੇ ਨਿਰਭਰ ਕਰਦੀ ਹੈ। ਕਾਂਗੜੀ ਵਿੱਚ ਇੱਕ ਚਮਚ ਵਰਗਾ ਢਾਂਚਾ ਹੁੰਦਾ ਹੈ ਜਿਸ ਨੂੰ ਤਲਚਾਨ ਕਿਹਾ ਜਾਂਦਾ ਹੈ ਅਤੇ ਇਸ ਨੂੰ ਤਾਰ ਨਾਲ ਬੰਨਿਆ ਜਾਂਦਾ ਹੈ ਜੋ ਅੱਗ ਦੇ ਭਾਂਡੇ ਵਿਚਲੇ ਅੰਗਾਂ ਨੂੰ ਸੰਭਾਲਣ ਲਈ ਵਰਤਿਆ ਜਾਂਦਾ ਹੈ। ਇੱਕ ਕਾਂਗੜੀ ਸਰਦੀਆਂ ਦੇ ਸਮੇਂ ਕਸ਼ਮੀਰੀ ਲਈ ਇੱਕ ਤੁਰਦੇ ਫਿਰਦੇ ਹੀਟਰ ਦੀ ਤਰ੍ਹਾਂ ਕੰਮ ਕਰਦੀ ਹੈ। ਜੀ ਹਮ ਅਕਸਰ ਕਾਂਗੜੀ ਕਾ ਇਸਤੇਮਾਲ ਕਰਤੇ ਹੈ ਜਬਕਿ ਲਾਈਨ ਵੀ ਪਾਵਰ ਲਾਈਨ ਜੋ ਹੈ ਵੋ ਕਭੀ ਕਭਾਰ ਗਿਰ ਜਾਤੀ ਹੈ ਤੋ ਇਸ ਵਜ੍ਹਾ ਸੇ ਹਮੇ ਕਾਫੀ ਦਿੱਕਤ ਹੋਤੀ ਹੈ ਐਂਡ ਹਮ ਜੋ ਇਸ ਸਰਦੀ ਸੇ ਮੁਕਾਬਲਾ ਕਰਤੇ ਹੈ ਵੋ ਕਾਂਗੜੀ ਹੋਤੀ ਹੈ ਔਰ ਫਿਰ ਅਕਸਰ ਹਮੇ ਕਾਫੀ ਦਿੱਕਤ ਪਰੇਸ਼ਾਨੀਆਂ ਹੋਤੀ ਹੈ ਕਿਉਂਕਿ ਜਬ ਕਾਂਗੜੀ ਨਹੀਂ ਹਮੇ ਸਾਥ ਹੋਤੀ ਹੈ ਤੋ ਸਰਦੀ ਵੀ ਜ਼ਿਆਦਾ ਲੱਗਤੀ ਹੈ ਜਿਸ ਮੇਂ ਹਮੇ ਪੈਰਾਲਾਈਜ਼ ਹੋਣੇ ਕਾ ਖਤਰਾ ਵੀ ਹੋਤਾ ਹੈ। ਜਦ ਸਰਦੀਆਂ ਦੇ ਦੌਰਾਨ ਬਿਜਲੀ ਲੁਕਣ ਮੀਚੀ ਖੇਡਦੀ ਹੈ ਤਾਂ ਕਾਂਗੜੀ ਇੱਕ ਘਰ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਜਾਂਦੀ ਹੈ ਤਾਂ ਜੋ ਮੈਂਬਰਾਂ ਨੂੰ ਗਰਮ ਰੱਖਿਆ ਜਾਵੇ ਜਿੱਥੇ ਹੀਟਰ ਅਤੇ ਹੋਰ ਸਾਧਨ ਬੇਕਾਰ ਹੋ ਜਾਣ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ ਡਾਊਨਲੋਡ ETV ਭਾਰਤ ਐਪ।